32-32-25-25 ਸਾਲ ਤੋਂ ਸਾਡੇ ਜਿਹੜੇ ਬੰਦੀ ਸਿੰਘਾਂ ਨੂੰ ਅੰਦਰ ਰੱਖਿਆ। ਵੀ ਮੋਦੀ ਨੂੰ ਝੁਕਣਾ ਪਊਗਾ, ਝੁਕਾ ਕੇ ਛੱਡਾਂਗੇ, ਇਸ ਕਰਕੇ ਸਰਕਾਰ ਨੂੰ ਝੁਕਣਾ ਪਊਗਾ। ਸਰਕਾਰਾਂ ਮੰਨਣਗੀਆਂ, ਮਨਾ ਕੇ ਛੱਡਾਂਗੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਇਸ ਮਾਰਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਬੇੜੀਆਂ ਦੇ ਵਿੱਚ ਜਕੜੇ, ਜਿਸ ਤਰ੍ਹਾਂ ਕਦੇ ਜਗਤਾਰ ਸਿੰਘ ਹਵਾਰਾ ਹੁਣੀ ਪੇਸ਼ੀ ਦੇ ਉੱਤੇ ਆਉਂਦੇ ਨੇ ਤਾਂ ਇਸੇ ਤਰ੍ਹਾਂ ਬੇੜੀਆਂ ਦੇ ਵਿੱਚ ਜਕੜੇ ਜਾਂਦੇ ਨੇ। ਬਾਈ ਜੀ ਹੁਣੀ ਕਿਸਾਨ ਅੰਦੋਲਨ ਦੇ ਵਿੱਚ ਵੀ ਨਜ਼ਰ ਆਈ ਸੀ, ਉਦੋਂ ਵੀ ਇਸੇ ਤਰ੍ਹਾਂ ਤੁਸੀਂ ਇੱਕ ਸਾਲ ਪੂਰਾ ਬੇੜੀਆਂ ਪਾ ਕੇ ਰੱਖੀਆਂ ਸੀ, ਅੱਜ ਕੀ ਮੈਸੇਜ ਦੇਣ ਦੀ ਕੋਸ਼ਿਸ਼? ਮੈਸੇਜ ਇਹ ਜੀ, ਉੱਥੇ ਮੈਂ ਮੈਸੇਜ ਦਿੰਦਾ ਸੀਗਾ ਵੀ ਅਸੀਂ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਵੀ ਅਸੀਂ ਆਜ਼ਾਦ ਮੁਲਕ ਵਿੱਚ ਰਹਿ ਕੇ ਵੀ ਆਜ਼ਾਦ ਨਹੀਂ ਹੈਗੇ, ਅੱਜ ਵੀ ਅਸੀਂ ਗੁਲਾਮੀ ਦੀਆਂ ਜੰਜੀਰਾਂ ਵਿੱਚ, ਜਿਸ ਤਰ੍ਹਾਂ ਮੈਂ ਭੱਜਾ ਪਿਆ ਇਸੇ ਤਰ੍ਹਾਂ ਮੇਰੇ ਪੂਰੇ ਭਾਰਤ ਦੇ ਕਿਸਾਨ ਇਹਨਾਂ ਸਰਕਾਰਾਂ ਨੇ ਬੰਨ ਕੇ ਰੱਖਿਆ। ਇਹ ਇੱਕ ਮੈਸੇਜ ਸੀਗਾ ਅਤੇ ਇੱਥੇ ਹੁਣ ਪੰਜਾਬ ਦੇ ਵਿੱਚ ਆਣ ਕੇ ਵੀ ਮੇਨ ਉਹ ਹੀ ਸਾਡੇ ਹਾਲਾਤ ਨੇ। 32-32-25-25 ਸਾਲ ਤੋਂ ਸਾਡੇ ਜਿਹੜੇ ਬੰਦੀ ਸਿੰਘਾਂ ਨੂੰ ਅੰਦਰ ਰੱਖਿਆ ਅਤੇ ਉਹ ਮਹਿਸੂਸ ਕਰਾਉਂਦੇ ਵੀ ਅਸੀਂ ਗੁਲਾਮੀ ਦਾ ਪ੍ਰਤੀਕ ਮਹਿਸੂਸ ਹੁੰਦਾ, ਜੇ ਅਸੀਂ ਆਜ਼ਾਦ ਹੁੰਦੇ ਤਾਂ ਅੱਜ ਸਾਡੇ ਜਿਹੜੇ ਸਿੰਘ ਆ, ਬੰਦੀ ਸਿੰਘ ਆ, ਉਹ ਅੱਜ ਅੰਦਰ ਨਾ ਹੁੰਦੇ ਜੇ ਅਸੀਂ ਆਜ਼ਾਦ ਹੁੰਦੇ ਤਾਂ। ਪਰ ਨਹੀਂ, ਆਜ਼ਾਦ ਦੇਸ਼ ਵਿੱਚ ਰਹਿ ਕੇ ਵੀ ਅਸੀਂ ਆਜ਼ਾਦ ਨਹੀਂ, ਅਸੀਂ ਅੱਜ ਵੀ ਗੁਲਾਮੀ ਨੂੰ ਮਹਿਸੂਸ ਕਰਦੇ ਹਾਂ। ਜੇ ਆਜ਼ਾਦ ਹੁੰਦੇ ਤਾਂ ਅੱਜ ਸਾਡੇ ਬੰਦੀ ਸਿੰਘ ਅੰਦਰ ਨਾ ਹੁੰਦੇ, ਸਰਕਾਰ ਸਾਡੇ ਨਾਲ ਸਿੱਖਾਂ ਨਾਲ ਵਿਤਕਰਾ ਨਾ ਕਰਦੀ। ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ, ਜਿਹੜੇ ਸਾਡੇ ਬੰਦੀ ਸਿੰਘ 32-32-25 ਸਾਲਾਂ ਤੋਂ ਅੰਦਰ ਨੇ, ਉਹਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਸਾਨੂੰ ਮਹਿਸੂਸ ਹੋਵੇ ਵੀ ਅਸੀਂ ਹੁਣ ਆਜ਼ਾਦ ਦੇਸ਼ ਵਿੱਚ ਰਹਿੰਦੇ ਹਾਂ, ਅਸੀਂ ਗੁਲਾਮ ਨਹੀਂ, ਅਸੀਂ ਆਜ਼ਾਦ ਹਾਂ ਜਦੋਂ ਸਾਡੇ ਬੰਦੀ ਸਿੰਘ ਬਾਹਰ ਆਉਣਗੇ। ਅਤੇ ਉਦੋਂ ਤੁਸੀਂ ਇੱਕ ਸਾਲ ਪੂਰਾ ਬੇੜੀਆਂ ਦੇ ਵਿੱਚ ਰਹੇ ਹੋ, ਇੱਥੋਂ ਵੀ ਕੁਝ ਇਸ ਤਰ੍ਹਾਂ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਇੱਥੇ ਵੀ ਉਸੇ ਤਰ੍ਹਾਂ ਰਹੋਗੇ? ਨਹੀਂ ਜੀ ਨਹੀਂ, ਮੈਂ ਅੱਜ ਦਾ ਦਿਨ ਹੀ ਹਾਂ, ਮੈਂ ਅੱਜ ਦਾ ਦਿਨ, ਕਿਉਂਕਿ ਅੱਜ ਮੋਰਚਾ ਅੱਜ ਇਹ ਕੱਢਣਾ ਸੀਗਾ, ਰੋਸ ਮਾਰਚ ਕੱਢਣਾ ਸੀਗਾ, ਅਤੇ ਇਹਦੇ ਵਿੱਚ ਇੱਕ ਮੈਂ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦਾ ਸਾਂ ਵੀ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ। ਲੱਗਦਾ ਕਦੇ ਬੇੜੀਆਂ ਕਦੇ ਜੰਜੀਰਾਂ ਖੁੱਲ੍ਹਣਗੀਆਂ? ਬਿਲਕੁਲ ਖੁੱਲ੍ਹਣਗੀਆਂ ਅਤੇ ਨਾ ਖੁੱਲ੍ਹਣਗੀਆਂ। ਅਤੇ ਉੱਥੇ ਵੀ ਮੈਂ ਕਹਿੰਦਾ ਵੀ ਆਪਾਂ ਸਾਰੇ ਕਹਿੰਦੇ ਹੁੰਦੇ ਸੀ ਵੀ ਮੋਦੀ ਨੂੰ ਝੁਕਣਾ ਪਊਗਾ, ਝੁਕਾ ਕੇ ਛੱਡਾਂਗੇ, ਇਸ ਕਰਕੇ ਸਰਕਾਰ ਨੂੰ ਝੁਕਣਾ ਪਊਗਾ ਅਤੇ ਝੁਕਾ ਕੇ ਛੱਡਾਂਗੇ, ਅਤੇ ਕੇਜਰੀਵਾਲ ਸਾਹਿਬ ਆਪਦੇ ਪੈਨ ਨਾਲ ਸਾਈਨ ਕਰਨ, ਜਿਹੜੇ ਸਾਡੇ ਬੰਦੀ ਸਿੰਘ ਅੰਦਰ ਆ ਉਹਨਾਂ ਨੂੰ ਰਿਹਾ ਕਰਨ, ਉਹ ਯਾਦ ਕਰਨ, ਅਸੀਂ ਵੀ ਆਜ਼ਾਦ ਹੀ। ਇੱਥੋਂ ਸਾਹਮਣੇ ਤਾਂ ਕੁਝ ਦੂਰੀ 'ਤੇ ਬੜੈਲ ਜੇਲ੍ਹ ਆ, ਜਿੱਥੋਂ ਮਾਰਚ ਦੀ ਸ਼ੁਰੂਆਤ ਹੋਣੀ ਆ ਬੜੈਲ ਜੇਲ੍ਹ ਤੋਂ, ਉੱਥੇ ਵੀ ਕਈ ਬੰਦੀ ਸਿੰਘ ਨੇ। ਹਾਂਜੀ ਹਾਂਜੀ, ਲੱਗਦਾ ਕਿ ਉਹ ਵੀ ਜਿਹੜੀ ਜੋ ਕੁਛ ਤੁਸੀਂ ਅੱਜ ਮਹਿਸੂਸ ਕਰ ਰਹੇ ਹੋ ਉਹ ਪਿਛਲੇ 25-25 ਸਾਲਾਂ ਤੋਂ ਮਹਿਸੂਸ ਕਰ? ਬਿਲਕੁਲ ਮਹਿਸੂਸ ਹੁੰਦਾ, ਕਿਉਂ ਨਹੀਂ ਗਾ, ਜਦੋਂ ਸਾਡੇ ਨਾਲ ਨਜਾਇਜ਼ ਧੱਕਾ ਹੁੰਦਾ ਹੋਵੇ, ਜੇ ਅੱਜ 20 ਸਾਲ ਦੀ ਉਚਨ ਹੈ ਸਾਡੀਆਂ ਅਦਾਲਤਾਂ ਨੇ ਜਿਹੜੀਆਂ ਮਾਣਯੋਗ, ਅਸੀਂ ਉਹਨਾਂ ਦਾ ਕਦਰ ਕਰਦੇ ਹਾਂ, ਅਤੇ ਉਹਨਾਂ ਨੇ 20-20 ਸਾਲ ਦੀ ਜਿਹੜੀ ਸਜ਼ਾ ਸੀ, ਅਤੇ ਜੇ ਉਹ 20 ਸਾਲ ਨੂੰ ਆਪਾਂ 32 ਸਾਲ ਦੇ ਵਿੱਚ ਕਰ ਦਾਂਗੇ ਤਾਂ ਸਾਡਾ ਜੁਰਮ ਕੀ ਹੈ? ਕੋਈ ਜੁਰਮ ਨਹੀਂ। ਅਤੇ ਉਹਨੂੰ ਮਹਿਸੂਸ ਤਾਂ ਹੁੰਦਾ ਵੀ ਸਾਡੇ ਨਾਲ ਹੋ ਕੀ ਰਿਹਾ, ਸਾਡੀ ਕੌਮ ਨਾਲ ਹੋ ਕੀ ਰਿਹਾ, ਸਾਡੀ ਸਿੱਖ ਕੌਮ ਨਾਲ ਹੋ ਕੀ ਰਿਹਾ। ਸਰਕਾਰਾਂ ਧੱਕਾ ਕਰਦੀਆਂ ਪਈਆਂ ਨੇ, ਸਰਕਾਰਾਂ ਮੰਨਣਗੀਆਂ, ਬਣਾ ਕੇ ਛੱਡਾਂਗੇ। ਬੜੀ ਆਸ ਸੀ ਸਾਨੂੰ ਵੀ ਆਮ ਆਦਮੀ ਜਿਹੜੀ ਪਾਰਟੀ ਉਹ ਆਮ ਦੀ ਹੋਵੇਗੀ, ਸਾਡੀ ਗੱਲ ਨੂੰ ਮੰਨੇਗੀ, ਸਾਡੀ ਗੱਲ ਨੂੰ ਧਿਆਨ 'ਚ ਲਵੇਗੀ, ਚਲੋ ਲਵੇਗੀ, ਸਹਿਣ ਕਰੇਗੀ, ਸਾਡੇ ਬੰਦੀ ਸਿੰਘ ਅੰਦਰ ਜਿਹੜੇ ਹੈਗੇ ਨੇ ਅੰਦਰ ਉਹ ਬਾਹਰ ਆਉਣਗੇ, ਸਾਨੂੰ ਵਿਸ਼ਵਾਸ ਆ, ਭਰੋਸਾ ਹੈ ਤਾਂ ਅਸੀਂ ਆਜ਼ਾਦ ਹੋਵਾਂਗੇ ਇਹਨਾਂ ਜੰਜੀਰਾਂ ਦੇ ਵਿੱਚੋਂ।
ਸੋ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਸਰਕਾਰ ਨੂੰ ਕਿ ਇਸੇ ਤਰ੍ਹਾਂ ਜਿਹੜੀ ਕੌਮ ਜਿਹੜੀ ਆ ਸਿੱਖ ਕੌਮ ਹੈ ਘੱਟ ਗਿਣਤੀਆਂ ਨੇ ਉਹ ਇਸ ਜ਼ੰਜੀਰਾਂ ਦੇ ਵਿੱਚ ਜਕੜੀਆਂ ਹੋਈਆਂ ਨੇ ਸੋ ਇਹਨਾਂ ਨੂੰ ਆਜ਼ਾਦ ਕਰਨ ਦੀ ਲੋੜ ਹੈ ਤਾਂ ਜੋ ਇਹ ਅਜਿਹੇ ਮੋਰਚਿਆਂ ਦੀ ਅਜਿਹੇ ਧਰਨਿਆਂ ਦੀ ਜ਼ਰੂਰਤ ਜਿਹੜੀ ਉਹ ਨਾ ਪਵੇ।